ਇਹ ਸਪਿਨਿੰਗ ਸਪਿੰਡਲ ਬਣਾਉਣ ਲਈ ਤੁਹਾਨੂੰ ਆਈਸਕ੍ਰੀਮ ਸਟਿਕਸ, ਧਾਗਾ ਅਤੇ ਕੈਂਚੀ ਦੀ ਲੋੜ ਹੈ। ਪਹਿਲਾਂ ਆਈਸਕ੍ਰੀਮ ਸਟਿਕ ਨੂੰ ਅੱਧ ਵਿੱਚੋਂ ਕੱਟੋ ਅਤੇ ਫਿਰ ਦਿਖਾਏ ਅਨੁਸਾਰ ਦੋਵੇਂ ਕਿਨਾਰਿਆਂ ਤੋਂ 2 V ਨੌਚ ਕੱਟੋ। ਧਾਗੇ ਦੇ 50 ਸੈਂਟੀਮੀਟਰ ਲੰਬੇ 2 ਲੂਪ ਬਣਾਓ। ਹੁਣ ਆਈਸਕ੍ਰੀਮ ਸਟਿਕ ਨੂੰ ਦਿਖਾਏ ਅਨੁਸਾਰ ਧਾਗੇ ਵਿੱਚ ਫਸਾਓ। ਹੁਣ ਧਾਗੇ ਨੂੰ ਪਕੜ ਕੇ ਘੁਮਾ ਦਿਓ। ਹੁਣ ਦੂਜੇ ਧਾਗੇ ਨੂੰ ਨੋਚਸ ਦੇ ਵਿੱਚ ਪਾਓ ਅਤੇ ਪਹਿਲੇ ਧਾਗੇ ਨੂੰ ਘੁਮਾਓ ਤਾਂ ਜੋ ਦੂਜਾ ਧਾਗਾ ਪਹਿਲੇ ਧਾਗੇ 'ਤੇ ਲਿਪਟ ਜਾਏ, ਪਹਿਲਾ ਧਾਗਾ ਅਨਵਾਈਂਡ ਹੋ ਜਾਵੇ। ਹੁਣ ਲੂਪ ਨੂੰ ਖਿੱਚੋ ਅਤੇ ਛੱਡੋ ਤਾਂ ਜੋ ਸਪਿੰਡਲ ਘੁੰਮੇ। ਤੁਸੀਂ ਪੈਟਰਨ ਨੂੰ ਬਦਲ ਵੀ ਸਕਦੇ ਹੋ, ਇਹ ਬਹੁਤ ਹੀ ਖੂਬਸੂਰਤ ਲੱਗੇਗਾ।